ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਮਿਤ ਢਿੰਗਰਾ। ਅੱਜ ਅਸੀਂ ਪਹੁੰਚੇ ਹਾਂ ਮੁਹੱਲਾ ਕਪਾਣੀਆਂ ਦੇ ਵਿੱਚ ਜਿੱਥੇ ਬਹੁਤ ਹੀ ਸ਼ਰਧਾ ਪੂਰਵਕ ਸਾਈਂ ਸੰਧਿਆ ਮਨਾਈ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਈਂ ਸੰਧਿਆ ਦੀਆਂ ਕੁਝ ਝਲਕੀਆਂ। ਆਓ ਲੈ ਚੱਲਦੇ ਹਾਂ ਤੁਹਾਨੂੰ ਕਪਾਣੀਆਂ ਮੁਹੱਲੇ ਦੇ ਅੰਦਰ। बहुत आनंद आया जी। हर साल इदा ही आता। कितने साल हो गए तुम्हें? सात साल हो गए। सात साल हो गए। आप पवन बोबी पार्टी सदी से किदा लगे? हाँ जी ठीक है जी। पिछले बार भी यही सी। इस हाँ ठीक है, बहुत वधिया। मैं अर्चना फ्रॉम मोहल्ला कपानिया। हमें पूरा प्रोग्राम बहुत ही आनंदमय लगा, पूरी रौनक लगी, तीन चार घंटे बहुत मज़ा आया। थैंक यू। बहुत वधिया। साडे मोहल्ले दे विच हर साल होली वाले दिन साईं संध्या कराई जाती है। अज सवेरे भी असी सब रंगा दे नाल होली खेली ते हुण असी साईं जी दे नाल ਨਾਲ ਡੀਜੇ ਤੇ ਡਾਂਸ ਕੀਤਾ। ਸਭ ਨੇ ਬਹੁਤ ਬਹੁਤ ਇੰਜੋਏ ਕੀਤਾ। ਆਪਾਂ ਅੱਜ ਪਵਨ ਬੋਬੀ ਜੀ ਪਾਰਟੀ ਸੱਦੀ ਸੀ, ਉਹ ਕਿੱਦਾਂ ਲੱਗੀ ਆਪਾਂ ਨੂੰ? ਬਹੁਤ ਵਧੀਆ, ਬਹੁਤ ਰੌਣਕ ਲਾਈ। ਸਭ ਨੇ ਬਹੁਤ ਨੱਚੇ ਗਾਏ, ਭਜਨ ਕੀਤੇ, ਬਹੁਤ ਮਜ਼ਾ ਆਇਆ। ਡਾਂਡੀਆਂ ਖੇਲੇ। ਇਹ ਤਿਉਹਾਰ ਜਿਹੜਾ ਤੁਸੀਂ ਹਰ ਸਾਲ ਮਨਾਉਂਦੇ ਜੀ? ਹਾਂਜੀ ਹਾਂਜੀ, ਇਹ ਸਾਨੂੰ 2016 ਤੋਂ ਅਸੀਂ ਮਨਾ ਰਹੇ ਹਾਂ ਹਰ ਸਾਲ। ਸਾਈਂ ਸੰਧਿਆ ਕਰਾਈ, ਕਿੱਦਾਂ ਦੇ ਰਹੀ? ਬਹੁਤ ਵਧੀਆ ਰਹੀ, ਬਹੁਤ ਮਜ਼ਾ ਆਇਆ। ਸਾਈਂ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਰਿਹਾ। ਪਵਨ ਬੋਬੀ ਜੀ ਆਪਾਂ ਲੁਧਿਆਣੇ ਸੱਦੇ ਸੀ, ਉਹਨਾਂ ਦਾ ਕਿੱਦਾਂ ਪ੍ਰੋਗਰਾਮ? ਬਹੁਤ ਅੱਛਾ ਪ੍ਰੋਗਰਾਮ ਰਿਹਾ। ਸਾਈਂ ਸੰਧਿਆ ਮੱਲੇ ਕਰਾਈ ਕਿੱਦਾਂ ਦੀ ਲੱਗੀ? ਬਹੁਤ ਵਧੀਆ ਪ੍ਰੋਗਰਾਮ ਬਣਿਆ ਜੀ, ਬਹੁਤ ਸਾਰਾ ਸਾਰਿਆਂ ਨੂੰ ਪਸੰਦ ਆਇਆ। ਤੇ ਆਪਾਂ ਪਵਨ ਬੋਬੀ ਪਾਰਟੀ ਲੁਧਿਆਣੇ ਸੱਦੀ ਕਿੱਦਾਂ ਲੱਗੀ? ਬਹੁਤ ਵਧੀਆ ਜੀ, ਅਸੀਂ ਦੂਸਰੀ ਵਾਰ ਰਿਪੀਟ ਕੀਤਾ ਇਹਨਾਂ ਨੂੰ। ਬਹੁਤ ਵਧੀਆ ਸੀ, ਸਾਰਾ ਕੁਝ ਬਹੁਤ ਵਧੀਆ ਸੀ। ਉਹਨਾਂ ਨੇ ਸੰਧਿਆ ਕਿੰਨੇ ਸਾਲ ਹੋ ਕਰਾਉਂਦੇ ਉਹਨਾਂ ਨੂੰ? ਸਾਨੂੰ ਕਰਾਉਂਦੇ ਨੂੰ ਹੋਇਆ 7 ਸਾਲ ਹੋ ਗਏ ਜੀ। ਕਿੰਨੇ ਸਾਲ ਜੀ? 7 ਸਾਲ ਹੋ ਗਏ ਜੀ ਕਰਾਉਂਦਿਆਂ ਨੂੰ। ਹਰ ਸਾਲ ਇੱਥੇ ਕਰਾਉਂਦੇ ਜੀ? ਹਰ ਸਾਲ ਇੱਥੇ ਕਰਾਉਂਦੇ ਜੀ। ਹੋਲੀ ਵਾਲੇ ਦਿਨ ਹੁੰਦੀ ਜੀ, ਸਵੇਰੇ ਪਹਿਲਾਂ ਆਪਾਂ ਹੋਲੀ ਦਾ ਪ੍ਰੋਗਰਾਮ ਕਰੀਦਾ, ਸਾਰਾ ਮਹੱਲਾ ਆਪਣਾ, ਸਾਰੀਆਂ ਫੈਮਲੀਆਂ ਆਪਣੀਆਂ ਇੰਜੋਏ ਕਰਦੀਆਂ ਤੇ ਪੂਰਾ ਫੰਕਸ਼ਨ ਜਿਹੜਾ ਹੁੰਦਾ ਬਾਅਦ ਚੋਂ, ਫਿਰ ਰਾਤ ਨੂੰ ਆਪਾਂ ਸਾਈਂ ਸੰਧਿਆ ਦਾ ਪ੍ਰੋਗਰਾਮ ਹਰ ਸਾਲ ਰੱਖੀਦਾ। ਸਾਈਂ ਸੰਧਿਆ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਸਾਈਂ ਸੰਧਿਆ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅੱਜ ਹਮ ਨਕੋਦਰ ਸ਼ਹਿਰ ਮੇ ਕਪਾਨੀਆ ਮੁਹੱਲਾ ਮੇ ਵਿਸ਼ਾਲ ਸਾਈਂ ਸੰਧਿਆ ਕਰਨੇ ਕੇ ਲਈ ਆਏ ਹੈ ਹੋਲੀ ਕੇ ਉਪਲਕਸ਼ ਮੇ। ਔਰ ਮਹਿਲਾ ਮੰਡਲ ਕਪਾਨੀਆ ਮੁਹੱਲਾ, ਨੌਜਵਾਨ ਸਭਾ ਕਪਾਨੀਆ ਮੁਹੱਲਾ, ਜਿਨ੍ਹਾਂ ਨੇ ਹਮੇ ਪਵਨ ਬੋਬੀ ਐਂਡ ਸਾਥੀ ਸ਼੍ਰੀ ਸਾਈਂ ਦਾ ਮੰਦਰ ਹਮੜਾ ਰੋਡ ਲੁਧਿਆਣਾ ਵਾਲੇ, ਜਿਨ੍ਹਾਂ ਨੇ ਹਮੇ ਇਸ ਲਾਇਕ ਸਮਝਾ। ਹਮ ਅਕਤੂਬਰ ਮਹੀਨੇ ਮੇਂ ਯਹਾਂ ਪਰ ਵਿਸ਼ਾਲ ਸਾਈਂ ਸੰਧਿਆ ਕਰਕੇ ਗਏ ਥੇ, ਬਾਬਾ ਕੀ ਬੜੀ ਕਿਰਪਾ ਰਹੀ। ਇੱਕ ਵਾਰ ਫਿਰ ਸੇ ਆਜ 18 ਮਾਰਚ ਹੋਲੀ ਕੇ ਦਿਨ ਹਮ ਵਿਸ਼ਾਲ ਸਾਈਂ ਸੰਧਿਆ ਕਰਨੇ ਕਪਾਨੀਆ ਮੁਹੱਲੇ ਮੇਂ ਨਕੋਦਰ ਸ਼ਹਿਰ ਮੇਂ ਆਏ ਹੈਂ। ਔਰ ਇਹਨਾਂ ਨੇ ਹਮੇ ਰਿਪੀਟ ਕੀਆ ਹੈ, ਦੁਬਾਰਾ ਬੁਲਾਇਆ ਹੈ। ਔਰ ਨੌਜਵਾਨ ਸਭਾ ਨੇ, ਸਭੀ ਭਾਈਓ ਨੇ ਇਹ ਵੀ ਕਿਹਾ ਕਿ 18 ਸਾਲੋਂ ਮੇਂ ਹਮਨੇ ਕਿਸੀ ਵੀ ਕਲਾਕਾਰ ਕੋ ਰਿਪੀਟ ਨਹੀਂ ਕੀਆ। ਬੂਬੀ ਜੀ ਆਪਕੋ ਪਹਿਲੀ ਵਾਰ ਰਿਪੀਟ ਕੀਆ, ਮੈਂ ਇਨਕਾ ਅਤੀ ਅਤੀ ਧੰਨਵਾਦ ਕਰਤਾ ਹੂੰ। ਮਹਿਲਾ ਮੰਡਲ ਕਪਾਨੀਆ ਮੁਹੱਲੇ ਕੇ ਉਨਕਾ ਵੀ ਮੈਂ ਬਹੁਤ ਹੀ ਤਹਿ ਦਿਲ ਸੇ ਸ਼ੁਕਰੀਆ ਅਦਾ ਕਰਤਾ ਹੂੰ। ਹਮਾਰੇ ਤੁਲਸੀ ਦਾਸ ਗੁਪਤਾ ਜੀ ਮੇਰੇ ਸਾਥ ਬੈਠੇ ਹੈ, ਔਰ ਵੀ ਮੇਰੇ ਬੜੇ ਭਾਈ ਵਿੱਕੀ ਕਪਾਨੀਆ ਜੀ, ਸੋਨੂ ਜੀ, ਰਿੰਕੂ ਜੀ, ਨੰਨੀ ਭਈਆ, ਔਰ ਵੀ ਸਾਰੇ ਮੇਰੇ ਭਾਈ ਬਹੁਤ ਅੱਛੇ। ਮੁਝੇ ਯਹਾਂ ਪਰ ਅੱਛਾ ਲਗਾ, ਮੇਰੇ ਕੋ ਯਹਾਂ ਪਰ ਆਕਰ ਆਪਣੇ ਪਰਿਵਾਰ ਕੀ ਤਰ੍ਹਾਂ ਲਗਾ। ਔਰ ਮੈਂ ਆਸ਼ਾ ਕਰਤਾ ਹੂੰ ਇਹ ਫਿਰ ਸੇ ਮੁਝੇ ਸਾਈਂ ਭਜਨ ਗਾਣੇ ਕੇ ਲਈ ਯਹਾਂ ਪਰ ਬੁਲਾਏਂਗੇ, ਔਰ ਮੈਂ ਫਿਰ ਸੇ ਆਪਣੀ ਟੀਮ ਕੋ ਲੋਕਰ ਯਹਾਂ ਪਰ ਆਤਾ ਰਹੂੰਗਾ। ਔਰ ਸਭੀ ਜਿਤਨੇ ਵੀ ਕਪਾਨੀਆਂ ਮੁਹੱਲਾ ਕੇ ਜਿਤਨੇ ਵੀ ਨਿਵਾਸੀ ਹੈ,
मैं बाबा से यही रिक्वेस्ट करूंगा कि बाबा आप सबको इज्जत मान दौलत शोहरत कारोबार में तरक्की दे, बच्चों को बल बुद्धि और विद्या दे मेरे साई, आपके घरों में सुख शांति बनी रहे, तंदुरुस्ती बनी रहे, मंगल ही मंगल हो, सदा लक्ष्मी का निवास रहे, बाबा आपकी हर मनोकामना हर तमन्ना हर इच्छा पूरी करे। ओम साई राम।